ਦੋਸਤੋ ਕਈ ਦਿਨਾਂ ਤੋਂ ਮਨ ਦੇ ਵਿੱਚ ਵਿਚਾਰ ਸੀ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿੱਚ ਆਪਸ ਦਾ ਜਿਹੜਾ ਟਕਰਾਅ ਚੱਲਦਾ ਪਿਆ ਹੈ ਉਸ ਉੱਤੇ ਹੁਣ ਗੱਲ ਕਰਨੀ ਜ਼ਰੂਰੀ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਇਸ ਤੇ ਸੰਦਰਭ ਨੂੰ ਆਪਾਂ ਟੱਚ ਕੀਤਾ ਹੈ ਲੇਕਿਨ ਹੁਣ ਇਹ ਮਾਮਲਾ ਗੰਭੀਰ ਹੋ ਚੁੱਕਾ ਹੈ ਤੇ ਇਸ ਉੱਤੇ ਇੱਕ ਰਿਪੋਰਟ ਬਣਦੀ ਸੀ ਸੋ ਅੱਜ ਆਪਾਂ ਗੱਲ ਇਸ ਵਿਸ਼ੇ ਉੱਤੇ ਹੀ ਕਰਾਂਗੇ ਗਵਰਨਰ ਵਰਸਸ ਦਾ ਚੀਫ ਮਿਨਿਸਟਰ ਕੀ ਪੰਜਾਬ ਇੱਕ ਸੰਵਿਧਾਨਿਕ ਯਾਨੀ ਕਿ ਕਨਸਟੀਚਿਊਸ਼ਨਲ ਸੰਕਟ ਕ੍ਰਾਈਸਿਸ ਵਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਤੁਸੀਂ ਠੀਕ ਸੁਣਿਆ ਪੰਜਾਬ ਐਕਚੁਅਲੀ ਇੱਕ ਕਨਸਟੀਚਿਊਸ਼ਨਲ ਕ੍ਰਾਈਸਿਸ ਦਾ ਸਾਹਮਣਾ ਕਰਦਾ ਪਿਆ ਹੈ ਅਜਿਹਾ ਕਨਸਟੀਚਿਊਸ਼ਨਲ ਕ੍ਰਾਈਸਿਸ ਜੋ ਕਿ ਮੁਲਕ ਦੇ ਹੋਰ ਸੂਬਿਆਂ ਵਿੱਚ ਵੀ ਦਿਸ ਦਾ ਲੇਕਿਨ ਇੱਥੇ ਕੋਈ ਇਹਦਾ ਵੱਡਾ ਕਾਰਨ ਨਹੀਂ ਹੈ ਕੋਈ ਅਜਿਹੀ ਸਥਿਤੀ ਨਹੀਂ ਹੈ ਹਾਲਾਂਕਿ ਕੁਝ ਲੋਕ ਇਸ ਚੀਜ਼ ਨੂੰ ਦੇ ਸਵਾਲ ਚੁੱਕ ਸਕਦੇ ਨੇ ਕਿ ਪੰਜਾਬ ਦੇ ਵੀ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਹੋਰ ਬਹੁਤ ਸੇ ਪ੍ਰੈਸਿੰਗ ਇਸ਼ੂਜ਼ ਨੇ ਜਿਨ੍ਹਾਂ ਉੱਤੇ ਸਰਕਾਰ ਭਗਵੰਤ ਮਾਨ ਸਰਕਾਰ ਜਿਸ ਦਾ 1 ਸਾਲ ਪੂਰਾ ਹੋਣ ਜਾ ਰਿਹਾ ਹੈ ਉਹ ਆਪਣੀ ਕਮਿਟਮੈਂਟ ਉੱਤੇ ਖਰੀਆਂ ਨਹੀਂ ਉਤਰੀਆਂ ਹੈਗੀਆਂ ਨੇ ਵਿਰੋਧੀ ਧਿਰਾਂ ਜੋ ਕਰ ਰਹੀਆਂ ਨੇ ਕਰ ਰਹੀਆਂ ਨੇ ਲੇਕਿਨ ਵਿਰੋਧੀ ਧਿਰਾਂ ਤੋਂ ਵੀ ਅੱਗੇ ਵਧ ਕੇ ਪੰਜਾਬ ਦੇ ਗਵਰਨਰ ਤੇ ਰਾਜਪਾਲ ਓਵਰ ਇੰਡਲਜ ਕਰ ਰਹੇ ਨੇ ਮੈਂ ਪਹਿਲਾਂ ਸ਼ਬਦ ਵਰਤਿਆ ਇਸ ਦੀ ਜ਼ਰੂਰਤ ਨਾਲੋਂ ਜ਼ਿਆਦਾ ਦਖਲ ਦੇ ਰਹੇ ਨੇ ਸੋ ਬਨਵਾਰੀ ਲਾਲ ਪੁਰੋਹਿਤ ਜੋ ਕਿ ਕੇਂਦਰ ਦੇ ਨੁਮਾਇंदे ਨੇ ਉਹਨਾਂ ਦਾ ਇਸ ਪੱਧਰ ਉੱਤੇ ਦਖਲ ਦੇਣਾ ਬਣਦਾ ਤਾਂ ਨਹੀਂ ਹੈ ਲੇਕਿਨ ਇੱਕ ਸੰਵਿਧਾਨਿਕ ਹੈੱਡ ਹੋਣ ਦੇ ਨਾਤੇ ਜਿਹੜੀਆਂ ਵੀ ਗੱਲਾਂ ਜਿਹੜੇ ਵੀ ਡਿਮਾਂਡ ਕਨਸਰਨਸ ਜਾਂ ਖਦਸ਼ੇ ਉਹਨਾਂ ਨੇ ਪੰਜਾਬ ਦੇ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਪੰਜਾਬ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਕੁਝ ਨਿੱਜੀ ਵਿਅਕਤੀਆਂ ਦਾ ਕੁਝ ਹੋਰ ਸਪੈਸ਼ਲਿਸਟ ਜੋ ਕਿ ਦਿੱਲੀ ਤੋਂ ਲਿਆ ਕੇ ਬਿਠਾਤੇ ਗਏ ਹੈਗੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੇ ਦਖਲ ਦੀ ਗੱਲ ਹੋਵੇ ਇੱਕ ਵਿਵਾਦਿਤ ਆਈਪੀਐਸ ਅਫਸਰ ਨੂੰ ਜਲੰਧਰ ਦਾ ਕਮਿਸ਼ਨਰ ਕਿਉਂ ਲਾਇਆ ਗਿਆ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਚੁੱਕੀਆਂ ਗਈਆਂ ਨੇ ਉਹ ਇੱਕ ਜਵਾਬ ਜ਼ਰੂਰ ਮੰਗਦੀਆਂ ਸੀ ਜਿਨ੍ਹਾਂ ਨੂੰ ਦੇਣ ਤੋਂ ਭਗਵਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਕਾਰ ਕਰਤਾ ਹੁਣ ਇੱਥੇ ਸਵਾਲ ਇਹ ਹੁੰਦਾ ਕਿ ਗਵਰਨਰ ਦੀਆਂ ਰਾਜਪਾਲ ਦੀਆਂ ਤਾਕਤਾਂ ਕਿੰਨੀਆਂ ਹਨ ਕਿਸ ਹੱਦ ਤੱਕ ਉਹ ਜਾ ਸਕਦੇ ਨੇ ਕਿਸ ਹੱਦ ਤੱਕ ਸਰਕਾਰ ਦੀ ਜਵਾਬਦੇਹੀ ਤੈਅ ਕਰ ਸਕਦੇ ਨੇ ਜਿਹੜਾ ਜਵਾਬ ਭਗਵੰਤ ਮਾਨ ਨੇ ਟਵੀਟ ਕੀਤਾ ਤੇ ਬਾਅਦ ਵਿੱਚ ਇੱਕ ਚਿੱਠੀ ਵੀ ਗਵਰਨਰ ਨੂੰ ਐਡਰੈਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਆਪਣੀ ਕੁਆਲੀਫਿਕੇਸ਼ਨ ਦੱਸੋ ਸਵਾਲ ਤਾਂ ਇਹ ਸੀ ਕਿ ਸਿੰਗਾਪੁਰ ਜਿਹੜੇ ਵਿਆਪਕ ਭੇਜੇ ਗਏ ਨੇ ਆ ਇੱਕ ਟੂਰ ਦੇ ਉੱਤੇ ਉਹਨਾਂ ਨੂੰ ਚੁਣਨ ਦਾ ਕ੍ਰਾਈਟੇਰੀਅਨ ਕੀ ਸੀ ਉਹਨਾਂ ਦੀਆਂ ਕੁਆਲਿਫੀਕੇਸ਼ਨਸ ਕੀ ਸੀ ਉਸ ਬਾਰੇ ਗਵਰਨਰ ਨੇ ਰਿਪੋਰਟ ਮੰਗੀ ਕਿਉਂਕਿ ਗਵਰਨਰ ਨੂੰ ਇਸ ਤਰੀਕੇ ਦੀਆਂ ਕੁਝ ਆ ਜਾਣਕਾਰੀਆਂ ਜਾਂ ਸ਼ਿਕਾਇਤਾਂ ਮਿਲੀਆਂ ਕਿ ਜਿਹੜੇ ਅਧਿਆਪਕ ਚੁਣੇ ਗਏ ਨੇ ਇਹ ਪੱਖਪਾਤ ਕਰਕੇ ਜਾਂ ਫੇਵਰਟਿਜ਼ਮ ਕਰਕੇ ਚੁਣੇ ਗਏ ਨੇ ਸੋ ਉਹਨਾਂ ਨੇ ਆਪਣੇ ਵੱਲੋਂ ਰਿਪੋਰਟ ਮੰਗੀ ਇੱਕ ਚਿੱਠੀ ਦੇ ਜ਼ਰੀਏ ਕੋ ਸਾਰਵਜਨਿਕ ਕੀਤੀ ਗਈ ਚਿੱਠੀ ਦੇ ਜ਼ਰੀਏ ਮੰਗੀ ਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਸਿੱਧਾ ਜਵਾਬ ਦੇਤਾ ਤੇ ਉਲਟਾ ਗਵਰਨਰ ਤੋਂ ਹੀ ਪੁੱਛ ਲਿਆ ਕਿ ਤੁਸੀਂ ਆਪਣੀ ਕੁਆਲਿਫਿਕੇਸ਼ਨ ਦੱਸੋ ਕਿ ਤੁਹਾਨੂੰ ਇਸ ਕੁਰਸੀ ਤੇ ਅਹੁਦੇ ਉੱਤੇ ਕਿਹੜੀ ਕਾਬਲੀਅਤ ਕਰਕੇ ਬਿਠਾਇਆ ਗਿਆ ਹੈ ਸੋ ਹੁਣ ਇੱਕ ਬਹੁਤ ਨਾ ਅਜੀਬੋ ਗਰੀਬ ਜਿਹੀ ਸਥਿਤੀ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਕਿਉਂਕਿ ਆਪਣੀ ਮਰਿਆਦਾ ਜਿਹੜੀ ਹੈ ਉਹ ਭੁੱਲ ਚੁੱਕੇ ਨੇ ਜੇ ਮੈਂ ਕਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਆਪਣੀ ਮਰਿਆਦਾ ਭੁੱਲ ਚੁੱਕੇ ਨੇ ਤਾਂ ਮੈਂ ਕੁਝ ਗਲਤ ਨਹੀਂ ਕਹਿ ਰਿਹਾ ਹਾਲਾਂਕਿ ਠੀਕ ਹੈ ਉਹਨਾਂ ਨੇ ਜਿਹੜੇ ਕੰਸਰਨ ਉਹਨਾਂ ਤੇ ਸਵਾਲ ਚੁੱਕੇ ਨੇ ਉਹ ਵੈਲਿਡ ਨੇ ਲੇਕਿਨ ਗਵਰਨਰ ਨੂੰ ਕੀ ਪਬਲਿਕ ਪਲੇਟਫਾਰਮ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਤਰੀਕੀ ਦੀਆਂ ਗੱਲਾਂ ਬਾਤਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਉਣਾ ਚਾਹੀਦਾ ਸੀ ਹਾਲਾਂਕਿ ਗਵਰਨਰ ਦਾ ਇੱਕ ਰੋਲ ਇੱਕ ਕਨਸਟੀਟਿਊਸ਼ਨਲ ਹੈੱਡ ਦਾ ਹੁੰਦਾ ਹੈ ਉਸ ਦੀ ਤਾਕਤਾਂ ਉਸ ਦੀਆਂ ਪਾਵਰਸ ਬੜੀਆਂ ਸੀਮਿਤ ਨੇ ਲੋਕਤੰਤਰ ਦੇ ਵਿੱਚ ਇਸ ਮੁਲਕ ਨੇ ਸਾਰੇ ਸੂਬਿਆਂ ਦੇ ਵਿੱਚ ਜਾਂ ਸੈਂਟਰਲ ਲੈਵਲ ਦੇ ਉੱਤੇ ਜਿਹੜੀਆਂ ਤਾਕਤਾਂ ਦੇ ਰੱਖੀਆਂ ਨੇ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਦਿੱਤੀਆਂ ਹੋਈਆਂ ਨੇ ਸੋ ਇੱਕ ਇੱਕ ਰਸਮ ਦੇ ਤੌਰ ਦੇ ਉੱਤੇ ਗਵਰਨਰ ਸਟੇਟ ਨੂੰ ਲੀਡ ਕਰਦਾ ਹੈ ਲੇਕਿਨ ਉਸ ਦਾ ਅਸਲ ਮੁਖੀਆ ਫॉर 올 ਪ੍ਰੈਕਟੀਕਲ ਐਂਡ ਐਗਜ਼ੀਕਟਿਵ ਰੀਜ਼ਨਸ ਮੁੱਖ ਮੰਤਰੀ ਹੁੰਦਾ ਹੈ ਸੋ ਪੰਜਾਬ ਦਾ ਗਵਰਨਰ ਕਿਸੇ ਵੀ ਸਥਿਤੀ ਦੇ ਵਿੱਚ ਮੁੱਖ ਮੰਤਰੀ ਦੀਆਂ ਤਾਕਤਾਂ ਨੂੰ ਹਾਸਲ ਕਰਨ ਖੋਹਣ ਜਾਂ ਯੂਜ਼ਰਪ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦਾ ਪਿਆ ਉਸ ਤੋਂ ਤੇ ਕਬਜ਼ਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦਾ ਪਿਆ ਉਹ ਬਿਲਕੁਲ ਗਲਤ ਹੈ ਤੇ ਇਸ ਚੀਜ਼ ਦੀ ਜਿੰਨੀ ਨਿੰਦਿਆ ਹੋ ਸਕੇ ਉਹ ਘੱਟ ਹੈ ਅੱਜ ਮੈਨੂੰ ਹੈਰਾਨੀ ਇਸ ਵਾਸਤੇ ਵੀ ਹੁੰਦੀ ਹੈ ਹਾਲਾਂਕਿ ਇਹ ਗੱਲਬਾਤ ਥੋੜੀ ਜਿਹੀ ਮੈਂ ਪੋਲਿਟੀਕਲ ਲੈਵਲ ਤੇ ਤੇ ਲੈ ਜਾ ਰਹੇ ਹਾਂ ਕਿ ਸਿਆਸੀ ਪਾਰਟੀਆਂ ਖਾਸ ਕਰਕੇ ਸ਼ਿਰੋਮਣੀ ਅਕਾਲੀ ਦਲ ਵਰਗੀਆਂ ਉਹ ਪਾਰਟੀਆਂ ਜੋ ਕਿ ਆਪਣੇ ਆਪ ਨੂੰ ਸੰਗੀ ਕਦਰਾਂ ਕੀਮਤਾਂ ਯਾਨੀ ਕਿ ਫੈਡਰਲ ਸਟਰਕਚਰ ਤੇ ਫੈਡਰਲ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦਾ ਅਸਲ ਠੇਕੇਦਾਰ ਮੰਨਦੀਆਂ ਨੇ ਇਹਨਾਂ ਨੇ ਐਨੇ ਹੀ ਜ਼ਿਆਦਾ ਮੋਰਚੇ ਲਾਏ ਇੱਕ ਸੰਗੀ ਢਾਂਚਾ ਫੈਡਰਲ ਢਾਂਚਾ ਸਖਤਿਆਰਾਂ ਨੂੰ ਸੂਬਿਆਂ ਨੂੰ ਤਾਕਤਾਂ ਲੇਕਿਨ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਦੇ ਉੱਤੇ ਇੱਕ ਗਵਰਨਰ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਹਾਵੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਵਿਰੋਧੀ ਧਿਰਾਂ ਇਸ ਪੱਖੋਂ ਸਾਇਲੈਂਟ ਨੇ ਉਲਟਾ ਵਿਰੋਧੀ ਧਿਰਾਂ ਦੇ ਬਿਆਨਾਂ ਨੂੰ ਵਿਰੋਧੀ ਧਿਰਾਂ ਦੇ ਇਲਜ਼ਾਮਾਂ ਨੂੰ ਪ੍ਰਤਾਪ ਸਿੰਘ ਆਜਵੇਦੀ ਦੀ ਚਿੱਠੀ ਉਸ ਦੇ ਵਿੱਚ ਕੋਟ ਕੀਤੀ ਗਈ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਗਵਰਨਰ ਨੇ ਜਵਾਬ ਤਲਵੀ ਕੀਤੀ ਪੰਜਾਬ ਦੇ ਸੀਐਮ ਭਗਵੰਤ ਮਾਨ ਤੋਂ ਸੋ ਇਹ ਗੱਲਾਂ ਬਾਤਾਂ ਮੈਰਿਟ ਦੇ ਉੱਤੇ ਜੇ ਆਪਾਂ ਵੇਖੀਏ ਤਾਂ ਗਵਰਨਰ ਕੁਝ ਗਲਤ ਨਹੀਂ ਕਰ ਰਹੇ ਨੇ ਰਾਜਪਾਲ ਵੱਲੋਂ ਇਹ ਕਿਹਾ ਗਿਆ ਕਿ ਮੈਂ ਬਹੁਤ ਸੇ ਪੱਤਰ ਚਿੱਠੀਆਂ ਮੁੱਖ ਮੰਤਰੀ ਨੂੰ ਐਡਰੈਸ ਕੀਤੀਆਂ ਉਹਨਾਂ ਨੂੰ ਲਿਖੀਆਂ ਲੇਕਿਨ ਜਦੋਂ ਜਵਾਬ ਮੰਗੇ ਗਏ ਜਾਂ ਕਲੈਰੀਫਿਕੇਸ਼ਨਸ ਮੰਗੀਆਂ ਗਈਆਂ ਤਾਂ ਮੈਨੂੰ ਜਵਾਬ ਨਹੀਂ ਮਿਲੇ ਇਸ ਵਾਸਤੇ ਮੈਨੂੰ ਜਨਤਕ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਮੁੱਖ ਮੰਤਰੀ ਨੇ ਵੀ ਉਸੇ ਭਾਸ਼ਾ ਦੇ ਵਿੱਚ ਜਵਾਬ ਤਾਂ ਦੇਤਾ ਲੇਕਿਨ ਮੁੱਦਾ ਇਹ ਹੈ ਕਿ ਅੱਜ ਵੱਡਾ ਇਸ਼ੂ ਪੰਜਾਬ ਦੇ ਵਿੱਚ ਇੱਕ ਕਨਸਟੀਟਿਊਸ਼ਨਲ ਸੰਕਟ ਹੈ ਰਾਜਪਾਲ ਦੀਆਂ ਸ਼ਕਤੀਆਂ ਤਾਕਤਾਂ ਕਿੱ ਰੁਕੜੀਆਂ ਚਾਹੀਦੀਆਂ ਨੇ ਉਸ ਦੀ ਮਿਆਦ ਉਸ ਦੀ ਜਿਹੜੀ ਲਿਮਿਟ ਹੈ ਕਿੱਥੇ ਤੱਕ ਜਾਂਦੀ ਹੈ ਇਹ ਇੱਕ ਵੱਡਾ ਸਵਾਲ ਸੀ ਜਿਸ ਨੂੰ ਐਡਰੈਸ ਕਰਨ ਦੀ ਬਜਾਏ ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਅੱਜ ਗਵਰਨਰ ਦੀ ਆੜ ਦੇ ਵਿੱਚ ਕੇ ਲੀਏ ਜਾਂ ਗਵਰਨਰ ਦੇ ਨਾਲ ਕਿਉਂ ਖਿਚੜੀ ਹੋ ਕੇ ਇਸ ਮੌਜੂਦਾ ਸਰਕਾਰ ਨੂੰ ਟਾਰਗੇਟ ਕਰਨਾ ਚਾਹ ਰਹੀਆਂ ਨੇ ਜੋ ਕਿ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਜਿਸ ਨੂੰ ਕਹਿੰਦੇ ਹੈ ਪੋਲਿਟੀਕਲ ਅਪੋਰਚਨਿਜ਼ਮ ਬਹੁਤ ਹੀ ਸੌੜੇ ਜਿਹੇ ਸਿਆਸੀ ਮੁਫਾਦ ਤੋਂ ਪ੍ਰੇਰਿਤ ਗੱਲਬਾਤ ਹੈ ਲੇਕਿਨ ਇੱਕ ਬੜਾ ਗਲਤ ਪ੍ਰੈਸੀਡੈਂਟ ਇਹਦੇ ਨਾਲ ਪੂਰੇ ਦੇਸ਼ ਦੇ ਵਿੱਚ ਸੈੱਟ ਹੋ ਰਿਹਾ ਹੈ ਇਹ ਇਸ ਚੀਜ਼ ਦੇ ਵਿੱਚ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਰੂਲਡ ਜਿਹੜੀ ਸੈਂਟਰਲ ਸਰਕਾਰ ਹੈ ਉਸਨੇ ਕਈ ਸੂਬਿਆਂ ਵਿੱਚ ਕਿਸ ਤਰੀਕੇ ਦੇ ਨਾਲ ਬੁਲਡੋਜ਼ ਕਰਕੇ ਜਮਹੂਰੀਅਤ ਦਾ ਗਲਾ ਕੋਟ ਕੇ ਸਰਕਾਰਾਂ ਡੇਗੀਆਂ ਵੀ ਨੇ ਗੇਰੀਆਂ ਵੀ ਨੇ ਕਈ ਜਿਹੇ ਸੂਬੇ ਨੇ ਜਿਨ੍ਹਾਂ ਦੀਆਂ ਚੋਣੀਆਂ ਹੋਈਆਂ ਸਰਕਾਰਾਂ ਚੰਗੇ ਬਹੁਮਤ ਵਾਲੀਆਂ ਸਰਕਾਰਾਂ ਨੂੰ ਵੀ ਗੇਰ ਕੇ ਵਿਰੋਧੀ 13 ਨੂੰ ਜਾਂ ਜਿਹੜੇ ਕੁਝ ਬਾਗੀ ਐਮ ਐਲ ਏਸ ਕੇ ਲਈ ਕਿਸੇ ਹੋਰ ਪਾਰਟੀ ਦੇ ਕਿਸੇ ਹੋਰ ਸਪਲਿੰਟਰ ਗਰੁੱਪ ਦੇ ਐਮ ਐਲ ਏਸ ਨੂੰ ਨਾਲ ਲੜਾ ਕੇ ਸਰਕਾਰਾਂ ਬਣਾ ਲੀਆਂ ਬਾਅਦ ਦੇ ਵਿੱਚ ਸਦਨ ਦੇ ਵਿੱਚ ਬਹੁਮਤ ਵੀ ਆਪਣਾ ਸਾਬਤ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਏ ਲੇਕਿਨ ਇਸ ਤਰੀਕੇ ਦੀ ਵਿਵਸਥਾ ਪੂਰੇ ਦੇਸ਼ ਦੇ ਵਿੱਚ ਦੁਰਦੀ ਪਈ ਹੋਵੇ ਲੇਕਿਨ ਸਰਹੰਦੀ ਸੁਪਾ ਪੰਜਾਬ ਇੱਕ ਵੱਖਰੀ ਸਟੇਟ ਹੈ ਤੇ ਅੱਜ ਜੋ ਸਟੇਟ ਆਫ ਅਫੇਅਰਸ ਪੰਜਾਬ ਦੇ ਵਿੱਚ ਹੈ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਗੈਂਗਸਟਰਾਂ ਦਾ ਡਰੱਗਸ ਦੀ ਸਮੱਸਿਆ ਦਾ ਜਿਹੜਾ ਚੈਲੰਜ ਹੈ ਪੰਜਾਬ ਦੇ ਸਾਹਮਣੇ ਹੈ ਉਹਨਾਂ ਸਥਿਤੀਆਂ ਦੇ ਵਿੱਚ ਪੰਜਾਬ ਦੇ ਗਵਰਨਰ ਅਤੇ ਰਾਜਪਾਲ ਦਾ ਸੀਐਮ ਦੇ ਨਾਲ ਮੁੱਖ ਮੰਤਰੀ ਦੇ ਨਾਲ ਜਿਹੜਾ ਤਾਲਮੇਲ ਹੈ ਕੋਆਰਡੀਨੇਸ਼ਨ ਹੈ ਉਹ ਠੀਕ ਹੋਣੀ ਚਾਹੀਦੀ ਸੀ ਦੋ ਕਲਾਸ ਵਿੱਚ ਭਿੱੜਦੇ ਹੋਏ ਝਗੜਦੇ ਹੋਏ ਨਿਆਣਿਆਂ ਵਾਂਗ ਇਹ ਦੋਵੇਂ ਬਿਹੇਵ ਕਰ ਰਹੇ ਨੇ ਜੋ ਕਿ ਸਪੋਜ਼ਿਡਲੀ ਪੰਜਾਬ ਸਟੇਟ ਨੂੰ ਲੀਡ ਕਰ ਰਹੇ ਨੇ ਤੇ ਮੈਂ ਇਸ ਦੇ ਵਿੱਚ ਜੇ ਪ੍ਰੋਵੋਕੇਸ਼ਨ ਕੇਂਦਰ ਸਰਕਾਰ ਵੱਲੋਂ ਆ ਰਹੀ ਹੈ ਤਾਂ ਸੂਬਾ ਸਰਕਾਰ ਦੇ ਵੀ ਜਿਹੜੇ ਰਿਸਪੋਂਸਸ ਨੇ ਉਹ ਮੈਚੂਰ ਨਹੀਂ ਨੇ ਦਿੱਲੀ ਦੀ ਤਰਜ਼ ਉੱਤੇ ਆਪਾਂ ਦੇਖਿਆ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੇਜਰੀਵਾਲ ਮੁੱਖ ਮੰਤਰੀ ਨੇ ਉਹਨਾਂ ਦੀ ਸਰਕਾਰ ਨੇ ਲੈਫਟੀਨੈਂਟ ਗਵਰਨਰ ਉੱਥੋਂ ਦੇ ਨੇ ਉਹਨਾਂ ਦੇ ਨਾਲ ਕਿਵੇਂ ਦਾ ਜਿਹੜਾ ਮਾਗਾ ਪੇਚਾ ਪਾ ਕੇ ਰੱਖਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਤਾਕਤਾਂ ਬਹੁਤ ਹੀ ਸੀਮਿਤ ਹੈ ਜੀ ਨੇ ਸਰਕਾਰ ਦੀ ਹੈ ਉੱਥੋਂ ਦਾ ਇੱਕ ਅਲੱਗ ਸੰਵਿਧਾਨਿਕ ਤੇ ਵਿਧਾਨਕ ਢਾਂਚਾ ਹੈ ਇਹ ਚੀਜ਼ ਸਭ ਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਦਿੱਲੀ ਨਹੀਂ ਹੈ ਉੱਥੋਂ ਦਾ ਵਿਧਾਨਕ ਤੇ ਸੰਵਿਧਾਨਿਕ ਢਾਂਚਾ ਪੰਜਾਬ ਦੇ ਸੰਵਿਧਾਨਕ ਢਾਂਚੇ ਤੋਂ ਬਿਲਕੁਲ ਵੱਖ ਹੈ ਪੰਜਾਬ ਦਾ ਗਵਰਨਰ ਠੀਕ ਦਿੱਲੀ ਦੇ ਲੈਫਟੇਨੈਂਟ ਗਵਰਨਰ ਦੀ ਤਰਜ਼ ਉੱਤੇ ਬੁਲਡੋਜ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਇੱਥੋਂ ਦੀ ਚੂੜੀ ਹੋਈ ਸਰਕਾਰ ਨੂੰ ਮੁੱਖ ਮੰਤਰੀ ਨੂੰ ਅਜਿਹਿਆਂ ਕੋਈ ਵੀ ਸੁਪਰਫਿਸ਼ੀਅਲ ਤਾਕਤਾਂ ਇੱਥੇ ਦੇ ਮੁੱਖ ਮੰਤਰੀ ਕੋਲ ਨਹੀਂ ਨੇ ਜੋ ਕਿ ਗਵਰਨਰ ਖੁਦ ਅਸਿਊਮ ਕਰ ਲਏ ਸੋ ਬਨਵਾਰੀ لال ਪੁਰੀਹਿਤ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਲੋੜ ਸੀ ਜੋ ਕਿ ਉਹਨਾਂ ਨੇ ਨਹੀਂ ਕੀਤਾ ਮੈਂ ਕਹਾਂਗਾ ਕਿ ਉਹਨਾਂ ਨੇ ਆਪਣੇ ਸੰਵਿਧਾਨਿਕ ਅਹੁਦਾ ਕਨਸਟੀਚੂਸ਼ਨਲ ਜਿਹੜੀ ਉਹਨਾਂ ਦੀ ਕੁਰਸੀ ਹੈ ਉਸ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਵੀ ਕ੍ਰਾਸ ਕੀਤਾ ਹੈ ਜੋ ਕਿ ਉਹਨਾਂ ਨੂੰ ਨਹੀਂ ਕਰਨ ਦੀ ਲੋੜ ਸੀ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਵਿਵਸਥਾ ਦਾ ਜਾਂ ਜੋ ਡਰੱਗਸ ਦੀ ਸਮੱਸਿਆ ਦਾ ਜਾਂ ਜਿਹੜੇ ਵੀ ਹੋਰ ਚੈਲੰਜਸ ਨੇ ਜਿਸ ਪੱਖੋਂ ਇਹਨਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਕੰਮ ਨਹੀਂ ਕਰ ਰਹੀ ਹੈ ਉਸ ਲਈ ਉਹਨਾਂ ਨੂੰ ਲੋਕਾਂ ਨੇ ਚੁਣਿਆ ਤੇ ਪੰਜਾਬ ਦੇ ਵਸਿੰਦੇ ਉਹਨਾਂ ਨੂੰ ਰਿਜੈਕਟ ਵੀ ਕਰ ਦਣਗੇ 4 ਸਾਲਾਂ ਬਾਅਦ ਜਾਂ ਫਿਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲੇਗਾ ਲੇਕਿਨ ਇਸ ਲਈ ਪੰਜਾਬ ਦੇ ਗਵਰਨਰ ਨੂੰ ਘਟੋ ਘਟ ਕਰ ਖੁਦ ਵਿੱਚ ਛਾਲ ਮਾਰਨ ਦੀ ਲੋੜ ਨਹੀਂ ਸੀ ਤੇ ਸਰਕਾਰ ਨੂੰ ਬਾਰ ਬਾਰ ਇਹ ਚੇਤੇ ਕਰਾਉਣ ਦੀ ਲੋੜ ਨਹੀਂ ਕਿ ਉਹਨਾਂ ਦੀ ਨਜ਼ਰ ਜਿਹੜੀ ਹੈ ਪੰਜਾਬ ਦੀ ਵਿਵਸਥਾ ਉੱਤੇ ਬਣੀ ਹੋਈ ਹੈ ਜੋ ਥੋੜੇ ਜਿਹਾ ਬੈਕਗ੍ਰਾਉਂਡ ਵਿੱਚ ਜਾਵਾਂਗੇ ਕਿ ਪਨਵਾਰੀ لال ਪੁਰੀਹਤ ਅਜਿਹਾ ਕਿਉਂ ਕਰ ਰਹੇ ਰਹੇ تھے ਸ਼ੁਰੂਆਤ ਇਹਦੀ ਉਸ ਵਕਤ ਹੁੰਦੀ ਹੈ ਜਦੋਂ ਕਿ ਸਰਹੱਦੀ ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਉਹ ਦੌਰੇ ਕਰਨੇ ਸ਼ੁਰੂ ਕਰਦੇ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕੁਝ ਦੌਰਿਆਂ ਦੇ ਵਿੱਚ ਤਾਂ ਭਗਵਾਨ ਮਾਨ ਦੇ ਨਾਲ ਉਹ ਬੈਠ ਕੇ ਮੀਟਿੰਗਾਂ ਨੂੰ ਜਾਂ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਦੇ ਨੇ ਮੈਨੂੰ ਉਸ ਵਕਤ ਗੱਲ ਖਟਕੀ ਸੀ ਕਿਉਂਕਿ ਪਹਿਲਾ ਮੌਕਾ ਮੈਂ ਦੇਖਿਆ ਪੰਜਾਬ ਦੇ ਬਿਨੀ ਦੇ ਤੋਂ ਤਕਰੀਬਨ ਭਾਈ 25 ਸਾਲ ਮੈਨੂੰ ਹੋਗੇ ਕਵਰ ਕਰਦੇ ਨੂੰ ਕੋਈ ਵੀ ਗਵਰਨਰ ਦੇ ਵਿੱਚ ਐਡ ਐਕਟਿਵਿਜ਼ਮ ਨਹੀਂ ਵੇਖਣ ਨੂੰ ਮਿਲਿਆ ਯੂ ਡੋਂਟ ਬੀਲੀਵ ਕਿ ਜਦੋਂ 2005 ਦੇ ਵਿੱਚ 4-5 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੀ ਜਿਹੜੀ ਜਿਹੜੀ ਸਮਝੌਤੇ ਸੀ ਰੱਦ ਕੀਤੇ ਸੀਗੇ ਵਿਧਾਨ ਸਭਾ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਸ ਦਿਨ ਉਸ ਪੂਰੀ ਦੀ ਪੂਰੀ ਕਵਰੇਜ ਉਸ ਤੋਂ ਅਗਲੇ ਹੀ ਦਿਨ ਚੀਫ ਮਿਨਿਸਟਰ ਉਸ ਵਕਤ ਕਪਤਨ ਅਵਰੇਂਦਰ ਸਿੰਘ ਸੀ ਤੇ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਦੋ ਹੋਰ ਜਿਹੜੇ ਲੀਡਰ ਸੀ ਉਹ ਗਵਰਨਰ ਕੋਲ ਪਹੁੰਚ ਜਾਂਦੇ ਨੇ ਉਸ ਵਕਤ ਗਵਰਨਰ ਓਪੀ ਬਰਮਾ ਸੀ ਸੋ ਗਵਰਨਰ ਕੋਲ ਪਹੁੰਚਦੇ ਨੇ ਹੁਣ ਦੇਖੋ ਐਡਾ ਵੱਡਾ ਗੈਰ ਸੰਵਿਧਾਨਿਕ ਇੱਕ ਤਰੀਕੇ ਦਾ ਫੈਸਲਾ ਸੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਉਸ ਨੂੰ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਹੀ ਦੱਸਿਆ ਲੇਕਿਨ ਪਾਣੀਆਂ ਦੀ ਸਾਰੀਆਂ ਪੁਰਾਣੀਆਂ ਜਿਹੜੇ ਸਮਝੌਤੇ ਸੀ ਐਗਰੀਮੈਂਟ ਸੀ ਟ੍ਰੀਟੀਜ਼ ਸਨ ਉਹਨਾਂ ਨੂੰ ਰੱਦ ਕਰਨ ਦਾ ਐਡਾ ਵੱਡਾ ਫੈਸਲਾ ਲੈ ਕੇ ਵਿਧਾਨ ਸਭਾ ਦੇ ਵਿੱਚ ਗਵਰਨਰ ਕੋਲ ਇਹ ਲੋਕ ਗਏ ਉਤੋਂ ਦੇ ਗਵਰਨਰ ਨੇ ਨੂੰ ਗੁਲਦਸਤੇ ਦੇ ਕੇ ਆਏ ਕੈਪਟਨ ਅਬਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਹਾਲਾਂਕਿ ਉਸ ਵਕਤ ਤੁਸੀਂ ਸਮਝੋ ਕਿ 2004-05 ਦੇ ਵਿੱਚ ਮਾਹੌਲ ਇਹ ਸੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਭ੍ਰਸ਼ਟਾਚਾਰ ਦੇ ਜਿਹੜੇ ਮੁਕੱਦਮੇ ਆਮਦਨ ਤੋਂ ਵੱਧ ਜਾਇਦਾਦਾਂ ਇਕੱਠੀਆਂ ਕਰਨ ਦੇ ਉਹ ਦਰਜ ਹੋ ਰੱਖੇ ਸਨ ਫੌਜਦਾਰੀ ਦੇ ਮੁਕੱਦਮੇ ਚੱਲਦੇ ਪਏ ਸੀ ਕੁੜਤਨ ਦਾ ਮਾਹੌਲ ਸੀ ਕਾਲੀ ਲੀਡਰਾਂ ਦੀ ਸਾਫ ਕਾ ਮੰਤਰੀਆਂ ਦੀ ਧਾਰ ਪਕੜ ਜਾ ਰਹੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਖੁੱਲ ਕੇ ਅਟੈਕ ਕਰ ਰਹੇ ਸੀ ਲੇਕਿਨ ਐਨੀ ਗੜਤਨ ਦੇ ਮਾਹੌਲ ਦੇ ਵਿੱਚ ਵੀ ਗਵਰਨਰ ਨੂੰ ਸਾਂਝੇ ਤੌਰ ਤੇ ਲੋਕ ਜਾ ਕੇ ਮਿਲੇ ਤੇ ਗਵਰਨਰ ਨੇ ਵੀ ਇਹਨਾਂ ਨੂੰ ਇਹਨਾਂ ਦੀ ਗੱਲਬਾਤ ਸੁਣੀ ਇਹਨਾਂ ਦੀ ਜੋ ਵੀ ਰਿਪਰੈਜੈਂਟੇਸ਼ਨ ਇਹਨਾਂ ਨੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੀ ਪੰਜਾਬ ਦੇ ਹਿੱਤਾਂਆਂ ਹੱਕਾਂ ਦੀ ਸੋ ਕੋਲ ਰੱਖੀ ਲਈ ਕੀਤੀ ਸੀ ਉਸ ਨੂੰ ਐਕਸੈਪਟ ਕੀਤਾ ਸੋ ਉਸ ਵਕਤ ਤੇ ਗਵਰਨਰ ਨੂੰ ਕਦੇ ਇਸ ਚੀਜ਼ ਦਾ ਮਲਾਲ ਨਹੀਂ ਸੀ ਕਿਉਂਕਿ ਉਹ ਵੈਸਤੇ ਕੋ ਸਰਪ੍ਰਾਈਜ਼ ਮੂਵ ਸੀ ਲੇਕਿਨ ਗਵਰਨਰ ਨੇ ਵੀ ਕਦੀ ਇਸ ਤਰੀਕੇ ਦਾ ਰੇਡ ਕਾ ਨਹੀਂ ਫਸਾਇਆ ਕਿ ਇਹ ਤੁਸੀਂ ਕਿਹੜੀ ਅਸੰਵਿਧਾਨਿਕ ਗੱਲ ਕਰਦੇ ਪਏ ਹੋ ਤੇ ਹੁਣ ਆਪਾਂ ਸਿਚੁਏਸ਼ਨ ਦੇਖ ਰਹੇ ਤੁਸੀਂ ਮਿਆਰ ਸਮਝੋ ਕਿ ਉਸ ਵਕਤ ਦਾ ਗਵਰਨਰ ਤੇ ਉਸ ਵਕਤ ਦੇ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਦਾ ਆਪਸ ਦੇ ਵਿੱਚ ਇੱਕ ਵਿਵਹਾਰ ਸਿਸ਼ਟਾਚਾਰ ਉਹ ਬਰਕਰਾਰ ਸੀ ਕਦੇ ਵੀ ਇਸ ਤਰੀਕੇ ਦੀ ਤਲਖੀ ਜਾਂ ਕਹਿ ਕਹਿ ਸਕਦੇ ਕਿ ਆਪਣੇ ਮਿਆਰ ਤੋਂ ਹੇਟਾਂ ਉੱਠ ਕੇ ਉਹਨਾਂ ਨੇ ਇੱਕ ਦੂਸਰੇ ਉੱਤੇ ਗੱਲਬਾਤ ਤੋਂ ਜਾਂ ਇੱਕ ਦੂਸਰੇ ਉੱਤੇ ਨਿਸ਼ਾਨੇ ਨਹੀਂ ਸਾਦੇ ਜਿਵੇਂ ਕਿ ਹੁਣ ਹੋ ਰਿਹਾ ਮੈਂ ਕਹਾਂਗਾ ਕਿ ਜੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਨੂੰ ਆਪਾਂ ਥੋੜਾ ਜਿਹਾ ਅਪਰਿਪੱਕ ਹੋਈ ਜਾਂ ਇਮੈਚੂਰ ਕੈਸਲੀ ਗੀਰ ਵੀ ਤਜਰਬੇ ਦੇ ਵਿੱਚ ਘੱਟ ਹੈ ਇਹ ਲੋਕ ਲੇਕਿਨ ਬਨਵਾਰੀ لال ਪੁਜੋਹਿਤ ਤਾਂ ਉਸ ਤੋਂ ਵੀ ਜ਼ਿਆਦਾ ਇਮੇਚੁਰ ਬਿਹੇਵ ਕਰਦੇ ਪਏ ਜਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਜਦੋਂ ਆਪਾਂ ਤੁਲਨਾ ਉਹਨਾਂ ਵਕਤਾਂ ਦੇ ਨਾਲ ਕਰਦੇ ਜਦੋਂ ਕਿ ਗਵਰਨਰ ਵੀ ਮੈਚੁਰ ਹੋਇਆ ਕਰਦੇ ਸੀ ਤੇ ਇੱਕ ਆਪਸ ਦੇ ਵਿੱਚ ਵਿਵਹਾਰ ਦਾ ਸਿਸ਼ਟਾਚਾਰ ਜਿਹੜਾ ਹੁੰਦਾ ਹੈ ਉਸ ਦਾ ਇੱਕ ਮਿਆਰ ਹੁੰਦਾ ਸੀ ਅੱਜ ਸਥਿਤੀ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ ਤੇ ਗੱਲ ਸਿਰਫ ਸਿਸ਼ਟਾਚਾਰ ਤੇ ਨਹੀਂ ਰੁਕਦੀ ਹੈ ਮੈਂ ਮੈਂ ਕਹਾਂਗਾ ਕਿ ਇਸ ਤਰੀਕੇ ਦੀ ਜਿਹੜੀ ਜਿਹੜੀ ਟਕਰਾਹ ਹੈ ਉਹ ਪੰਜਾਬ ਲਈ ਸਭ ਤੋਂ ਵੱਡਾ ਨੁਕਸਾਨ ਦਾ ਇੱਕ ਕਾਰਨ ਹੋ ਸਕਦਾ ਕਿਉਂਕਿ ਵਿਰੋਧੀ ਧਿਰਾਂ ਨੇ ਸਿਆਜਨੀਤੀ ਕਰਨੀ ਹੈ ਲੇਕਿਨ ਜੇ ਗਵਰਨਰ ਹੀ ਕਿਸੇ ਨਾ ਕਿਸੇ ਕਾਰਨ ਤੋਂ ਉਸ ਰਾਜਨੀਤੀ ਦਾ ਹਿੱਸਾ ਬਣ ਜਾਏ ਹੁਣ ਸਾਫ ਨਜ਼ਰ ਆ ਰਿਹਾ ਹੈ ਕਿ ਜਿਸ ਸੰਵਿਧਾਨਿਕ ਸੰਕਟ ਦੀ ਮੈਂ ਗੱਲ ਕਰਦਾ ਪਿਆ ਉਸ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਇਸ ਤਰੀਕੇ ਦੇ ਕਾਰਨ ਜਾਂ ਸਬਾਬ ਤਲਾਸ਼ੇ ਜਾ ਰਹੇ ਨੇ ਰੀਜਨਸ ਲੱਭੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜੀ ਇਨਸਟੇਬਿਲਟੀ ਹੈ ਉਸ ਨੂੰ ਇੱਕ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਗੇਰਿਆ ਜਾਏ ਹਾਲਾਂਕਿ ਮੈਂ ਇੱਕ ਬੜੀ ਵੱਡੀ ਗੱਲ ਕਹਿ ਰਿਹਾ ਲੇਕਿਨ ਇਸ ਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਲੱਗ ਰਿਹਾ ਕਿ ਜਿਸ ਦਿਸ਼ਾ ਵੱਲੇ ਗੱਲਬਾਤ ਵਧਦੀ ਪਈ ਹੈ ਗਵਰਨਰ ਖੁਦ ਆਪਣੇ ਬੇਸ ਉੱਤੇ ਇਹ ਗੱਲਬਾਤ ਨਹੀਂ ਕਰ ਰਹੇ ਪਿੱਛੋਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਇੱਕ ਬੈਕਅਪ ਉਹਨਾਂ ਨੂੰ ਮਿਲ ਰਿਹਾ ਹੈ ਇਹੀ ਕਾਰਨ ਹੈ ਕਿ ਕੋਈ ਵੀ ਗਵਰਨਰ ਕਦੇ ਵੀ ਆਪਣੇ ਬੂਤੇ ਉੱਤੇ ਕਿਸੇ ਚੁਣੀ ਹੋਈ ਸਰਕਾਰ ਦੇ ਨਾਲ ਮੱਥਾ ਨਹੀਂ ਲਾ ਸਕਦਾ ਉਹ ਵੀ ਉਸ ਸਥਿਤੀ ਦੇ ਵਿੱਚ ਜਦੋਂ ਕਿ ਉਸ ਨੂੰ ਉਸ ਸੂਬੇ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਵੀ ਕੋਈ ਚੁਣੌਤੀ ਨਹੀਂ ਮਿਲਦੀ ਸੰਗੀਕਰਨਾਂ ਕੀਮਤਾਂ ਦੀ ਫੈਡਰਲ ਟਾਂਚੇ ਦੀ ठेकेदार ਬਣੀਆਂ ਹੋਈਆਂ ਕਾਲੀ ਦਲ ਵਰਗੀਆਂ ਜਮਾਤਾਂ ਅੱਜ ਇਸ ਵਿਸ਼ੇ ਦੇ ਉੱਤੇ ਚੁੱਪ ਨੇ ਉਹਨਾਂ ਨੂੰ ਅੱਜ ਸੂਬੇ ਦੇ ਜਿਹੜੇ ਜਮਹੂਰੀ ਹੱਕ ਨੇ ਫੈਡਰਲ ਜਿਹੜੇ ਅਖਤਿਆਰ ਹੈਗੇ ਨੇ ਹਕੂਕ ਹੈਗੇ ਨੇ ਉਹਨਾਂ ਦੀ ਅੱਜ ਕੋਈ ਚਿੰਤਾ ਨਜ਼ਰ ਨਹੀਂ ਆ ਰਹੀ ਸਿਰਫ ਮੁਫਾਦਿਕ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁਣੀ ਹੋਈ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਛੱਟ ਵੱਜੇ ਹੁਣ ਇਹ ਤਾਂ ਚਲੋ ਗਵਰਨਰ ਦੀ ਤੇ ਵਿਰੋਧੀ ਪਾਰਟੀਆਂ ਦੀ ਗੱਲ ਹੋ ਗਈ ਅਮਚੂਰ ਬਿਹੇਵ ਕਰ ਰਹੇ ਨੇ ਵਿਰੋਧੀ ਪਾਰਟੀਆਂ ਵੀ ਆਪਣੇ ਪੋਲੀਟੀਕਲ ਜਿਹੜੇ ਜਿਹੜੇ ਫਾਇਦੇ ਹੈਗੇ ਨੇ ਬੈਨੇਫਿਟਸ ਹੈਗੇ ਨੇ ਉਹਨਾਂ ਲਈ ਚੁੱਪੀ ਧਾਰ ਕੇ ਬੈਠੀਆਂ ਨੇ ਜਾਂ ਫਿਰ ਮਜ਼ਾ ਲੈ ਰਹੀਆਂ ਨੇ ਇਸ ਪੂਰੀ ਦੀ ਪੂਰੀ ਸਿਆਸੀ ਸਿਚੁਏਸ਼ਨ ਦਾ ਲੇਕਿਨ ਜੇ ਆਪਾਂ ਗੱਲ ਭਗਵਾਨਤਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਪਦਰ ਦੇ ਕਰੀਏ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੈ ਜਿਸ ਲੈਵਲ ਦੇ ਉੱਤੇ ਦੇਖੋ ਮੈਂ ਇਸ ਨੂੰ ਇੱਕ ਪਹਿਲਾਂ ਵੀ ਕਿਹਾ ਸੀ ਕਿ ਸੂਚਨਾ ਤੰਤਰ ਦੇ ਆਸ-ਪਾਸ ਇਸ਼ਤਿਹਾਰ ਬਾਜ਼ੀ ਦੇ ਆਸ-ਪਾਸ ਉਸੇ ਮਗਾਲਤੇ ਦੇ ਵਿੱਚ ਬਣੀ ਹੋਈ ਤੇ ਵਿਚਰਦੀ ਹੋਈ ਸਰਕਾਰ ਕਹਿਣਾ ਕਿਉਂਕਿ ਗ੍ਰਾਊਂਡ ਦੇ ਉੱਤੇ ਪ੍ਰਾਪਤੀਆਂ ਦਿਖਾਉਣ ਦੇ ਪੱਖੋਂ ਇੱਕ ਚੀਜ਼ਾਂ ਬਹੁਤ ਘੱਟ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਨਫੋਰਮੇਸ਼ਨ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਦੇ ਜ਼ਰੀਏ ਰੋਜ਼ ਸਾਨੂੰ ਪ੍ਰੈਸ ਨੋਟ ਮਿਲ ਰਹੇ ਨੇ ਜੋ ਜਾਣਕਾਰੀ ਪਬਲਿਕ ਦੇ ਵਿੱਚ ਚਾਹੀਦੀ ਹੈ ਉਹ ਉਹੀ ਰੁਟੀਨ ਗੱਲਾਂ ਬਾਤਾਂ ਨੇ ਜੋ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਉਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਲੇਕਿਨ ਜਿਹੜੇ ਤੁਸੀਂ ਕਮਿਟਮੈਂਟਸ ਪ੍ਰੋਮਿਸਸ ਲੋਕਾਂ ਨੂੰ ਕੀਤੇ ਜਿਨ੍ਹਾਂ ਦੇ ਬੇਸ ਉੱਤੇ ਲੋਕਾਂ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਬਦਲ ਕੇ ਇੱਕ ਬਦਲ ਦੇ ਰੂਪ ਵਿੱਚ ਚੁਣਿਆ ਉਹ ਸਾਰੀ ਦੀ ਸਾਰੀ ਕਮਿਟਮੈਂਟਸ ਉੱਤੇ ਤੁਸੀਂ ਖਰੇ ਨਹੀਂ ਉੱਤਰ ਰਹੇ ਤੁਸੀਂ ਮੁਨਕਰ ਹੁੰਦੇ ਹੋਏ ਨਜ਼ਰ ਆ ਰਹੇ ਹੋ ਤੁਸੀਂ ਕੋਈ ਅਜਿਹੇ ਸਟੈਪਸ ਨਹੀਂ ਚੁੱਕੇ ਨੇ ਪੰਜਾਬ ਦੇ ਹਾਈ ਪ੍ਰੋਫਾਈਲ ਡਰੱਗ ਕੇਸਾਂ ਤੋਂ ਲੈ ਕੇ ਬੇਦਬੀ ਕੇਸਾਂ ਤੱਕ ਕੁੰਵਰ ਵਿਜੇ ਪ੍ਰਤਾਪ ਤੁਹਾਡੇ ਆਪਣੇ ਐਮਐਲਏ ਡਾ ਰੋਲਾ ਪਾਉਂਦੇ ਰਹੇ ਨੇ ਥੋੜੀ ਸਰਕਾਰ ਤੋਂ ਖੁਦ ਨਾਰਾਜ਼ ਹੋਏ ਨਜ਼ਰ ਆ ਰਹੇ ਨੇ ਗੁਰਮੀਤ ਨਾਮ ਰਹੀਮ ਦੇ ਖਿਲਾਫ ਅਦਾਲਤਾਂ ਦੇ ਵਿੱਚ ਜਿਹੜੇ ਸਟੈਂਡਸ ਫਸਵੇਂ ਸਟੈਂਡ ਲਈ ਜਾਂਦੀ ਲੋੜ ਸੀ ਉਸ ਦੀਆਂ ਪਰੋਲਾਂ ਨੂੰ ਵਿਰੋਧ ਕਰਨ ਦੀ ਲੋੜ ਸੀ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਮੈਂ ਕਹਾਗਾ ਕਿ ਨਕਾਰਾ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਾਬਤ ਹੋ ਚੁੱਕੀ ਹੈ ਕਿਉਂਕਿ ਇਹ ਹੀ ਐਕਸਪੈਕਟੇਸ਼ਨ ਕੈਪਟਨ ਨਵਿੰਦਰ ਤੋਂ ਸੀ ਜੋ ਕਿ ਉਹ ਪੂਰੀਆਂ ਨਹੀਂ ਕਰ ਪਾਇਆ 3.5 ਸਾਲ ਬਾਅਦ ਉਹਨਾਂ ਨੂੰ ਕੁਰਸੀ ਤੋਂ ਕਿਉਂ ਲਾਇਆ ਗਿਆ ਇਹ ਇੱਕ ਵੱਡੇ ਕਾਰਨ ਸੀ ਤੇ ਉਹਨਾਂ ਕੀਤੇ ਹੋਏ ਵਾਅਦਿਆਂ ਉੱਤੇ ਜੇ ਖਰੇ ਤੁਸੀਂ ਨਹੀਂ ਉਤਰਦੇ ਤਾਂ ਤੁਸੀਂ ਸਮਝੋ ਕਿ ਹੋਰ ਬਾਕੀ ਦੇ ਜਿਹੜੇ ਤੁਹਾਡੇ ਕੰਮ ਤੁਸੀਂ ਉਹਨਾਂ ਜਿਹੜੇ ਮੁਹੱਲੇ ਕਲੀਨਿਕ ਵਰਗੀ ਜਿਹੜੀ ਲਫਾਫੇਬਾਜ਼ੀ ਮੈਂ ਇਸ ਨੂੰ ਕਹਾਗਾ ਹੁਣ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਉਹ ਤਾਂ ਕੇਂਦਰ ਨੇ ਗਰੰਟਾਂ ਰੋਕ ਲਈਆਂ ਸ਼ੁਰੂ ਕਰਤੀਆਂ ਨੇ ਤੇ ਹੁਣ ਉਹ ਗਰੰਟਾਂ ਜਿਹੜੀਆਂ ਨੇ ਉਹ ਠੀਕ ਰੁਕ ਰਹੀਆਂ ਨੇ ਕਿਉਂਕਿ ਜਿਹੜੀ ਤੁਸੀਂ ਲੀਪਾ ਪੋਤੀ ਕਰਕੇ ਰੰਗ ਰੋਗਣ ਕਰਕੇ ਪੁਰਾਣੇ ਈ ਕੇਂਦਰਾਂ ਨੂੰ ਸੰਪਰਕ ਕੇਂਦਰਾਂ ਨੂੰ ਜਾਂ ਪੁਰਾਣੀਆਂ ਡਿਸਪੈਂਸਰੀਆਂ ਨੂੰ ਤੁਸੀਂ ਮੋਹੱਲਾ ਕਲੀਨਿਕ ਬਣਾਉਣ ਦੇ 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 ਯਤਨ ਕਰ ਰਹੇ ਹੋ ਤੇ ਉਹਨੂੰ ਅਖਬਾਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਪਏ ਹੋ ਵੈਸੇ ਤਾਂ ਕਹਿਣ ਨੂੰ ਤੁਹਾਨੂੰ ਪੰਜਾਬ ਦਾ ਇੱਕ ਇੱਕ ਪੈਸਾ ਬਚਾਣ ਦਾ ਚਾਹ ਹੈ ਲੇਕਿਨ ਜਿਹੜਾ ਇਸ਼ਤਿਹਾਰਾਂ ਦੇ ਵਿੱਚ ਤੁਸੀਂ ਚੈਨਲਾਂ ਆਇਆ ਆ ਜਿਹੜੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਨੇ ਜਿਹੜੇ ਤੁਹਾਡੇ ਹੱਕ ਵਿੱਚ ਲਿਖਦੇ ਛਾ ਨੋਟਾਂ ਦੇ ਭਰਦੇ ਪਏ ਹੋ ਉਹਨਾਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਖਜ਼ਾਨੇ ਦੇ ਨਾਲ ਹੁੰਦਾ ਹੋਇਆ ਖਿਲਵਾੜ ਨਜ਼ਰ ਨਹੀਂ ਆਉਂਦਾ ਸੋ ਜਦੋਂ ਇਸ ਤਰੀਕੇ ਦੀ ਲਿਫਾਫੇਬਾਜ਼ੀ ਅਸੀਂ ਇਸ ਸਰਕਾਰ ਵੱਲੋਂ ਹੁੰਦੀ ਹੋਈ ਵੇਖਦੇ ਆ ਇਸ ਤਰੀਕੇ ਦੇ ਜਿਹੜੇ ਪੈਰਾਸ਼ੂਟ ਦੇ ਜ਼ਰੀਏ ਉਤਾਰੇ ਹੋਏ ਰਾਗਵ ਚੱਡੇ ਵਰਗੇ ਜਾਂ ਫਿਰ ਹੋਰ ਬਥੇਰੇ ਲੋਕ ਜਿਨ੍ਹਾਂ ਦਾ ਜ਼ਿਕਰ ਖੁਦ ਗਵਰਨਰ ਕਰ ਰਹੇ ਪਏ ਨੇ ਹੁਣ ਕੁਲਦੀਪ ਚਾਹਲ ਜਿਹੜਾ ਆਈਪੀਐਸ ਐਸਯੂ ਤੇ ਆਪਾਂ ਪੂਰੀ ਰਿਪੋਰਟ ਬਣਾਈ ਇੱਕ ਦਾਗੀ ਆਈਪੀਐਸ ਅਫਸਰ ਜਿਸ ਉਤੇ ਕਿ ਮਿਸਕੰਡਕਟ ਦਾ ਜਦੋਂ ਜਿਹੜਾ ਦੂਸ਼ਣ ਸੀ ਉਹ ਗਵਰਨਰ ਨੇ ਲਾਇਆ ਹੋਵੇ ਤੁਹਾਨੂੰ ਕੀ ਲੋੜ ਸੀ ਉਸ ਨੂੰ ਜਲੰਧਰ ਦਾ ਕਮਿਸ਼ਨਰ ਲਾਣ ਦੀ ਸਿਰਫ ਇੱਕ ਖੁੰਦਕ ਦੇ ਵਿੱਚ ਵੀ ਗਵਰਨਰ ਦਾ ਜਵਾਬ ਦੇਣਾ ਹੈ ਮੂੰਹ ਤੋੜਵਾ ਜਵਾਬ ਦੇਣਾ ਇਸ ਚੀਜ਼ ਦੀ ਪ੍ਰਵਾਹ ਕੀਤੇ ਬਗੈਰ ਕਿ ਜਿਹੜੀਆਂ ਐਫ ਆਈ ਆਰਾਂ ਤੁਸੀਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਾਂ ਜਿਹੜੇ ਮੁਕੱਦਮਿਆਂ ਦੀ ਪੜਤਾਲ ਤੁਸੀਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਮੁਖ्तार ਅंसारी ਵਰਗੇ ਗੈਂਗਸਟਰਾਂ ਨੂੰ ਲਿਆ ਕੇ ਉਹਨਾਂ ਦੀ ਖਾਤਰਦਾਰੀ ਕਰਨ ਦੇ ਸੰਬੰਧ ਵਿੱਚ ਅ ਦਰਜ ਕੀਤੀਆਂ ਹੋਈਆਂ ਨੇ ਕੱਲੋਂ ਤੁਹਾਨੂੰ ਨਹੀਂ ਪਤਾ ਵੀ ਉਹਨਾਂ ਕੇਸਾਂ ਦੇ ਵਿੱਚ ਵੀ ਇਹੀ ਅਫਸਰਾਂ ਦੇ ਨਾਂ ਦੁਬਾਰਾ ਉਭਰਨ ਉਨੇ ਦਾ ਮਤਲਬ ਤਾਂ ਸਾਫ਼ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਇਹੀ ਨਹੀਂ ਪਤਾ ਕਿ ਉਹ ਜੋ ਕਰਦੇ ਪਏ ਨੇ ਜਾਂ ਖੁੰਦਕ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਉਹ ਰਾਜਪਾਲ ਨੂੰ ਸਿਰਫ ਹਾਜ਼ਰ ਜਵਾਬੀ ਆਪਣੀ ਆਪਣੀ ਦਰਸਾ ਕੇ ਜਵਾਬ ਦੇਣਾ ਚਾ ਰਹੇ ਨੇ ਉਹਨਾਂ ਗੱਲਾਂ ਬਾਤਾਂ ਦੇ ਸਿੱਟੇ ਪ੍ਰੈਕਟੀਕਲੀ ਕੀ ਹੈਗੇ ਨੇ ਤੁਸੀਂ ਇੱਕ ਇੱਕ ਚੀਜ਼ ਦੇ ਉੱਤੇ ਗੱਲ ਕਰ ਲੋ ਗਵਰਨਰ ਨੇ ਚਾਹੇ ਇਹ ਗੱਲਾਂ ਬਾਤਾਂ ਆਪਣੀ ਤਾਕਤ ਆਪਣੇ ਹੱਕਾਂ ਤੋਂ ਬਾਹਰ ਜਾ ਕੇ ਕੀਤੀਆਂ ਨੇ ਲੇਕਿਨ ਉਹਨਾਂ ਦੀ ਗੱਲਾਂ ਰੈਲੇਵੈਂਟ ਗੱਲਾਂ ਨੇ ਤੇ ਉਹਨਾਂ ਗੱਲਾਂ ਤੇ ਤੁਸੀਂ ਰੈਲੇਵੈਂਟ ਜਵਾਬ ਦੇ ਸਕਦੇ ਸੀ ਸ਼ਬਦਾਂ ਦੀ ਪਾਸ਼ਾ ਦੀ ਮਰਿਆਦਾ ਦੇ ਵਿੱਚ ਰਹਿ ਕੇ ਵੀ ਗਵਰਨਰ ਨੂੰ ਜਵਾਬ ਦਿੱਤਾ ਜਾ ਸਕਦਾ ਸੀ ਉਸ ਦੇ ਲਈ ਤੁਹਾਨੂੰ ਘੱਟੋ ਘੱਟ ਉਸ ਤਰੀਕੇ ਦਾ ਹਾਈਪਰ ਐਕਟਿਵਿਜ਼ਮ ਨਹੀਂ ਚਾਹੀਦਾ ਸੀ ਜਿਹੜਾ ਤੁਹਾਨੂੰ ਲੱਗਦਾ ਪਿਆ ਹੈ ਕਿ ਗਵਰਨਰ ਵਾਕਈ ਥੋੜੀ ਸਰਕਾਰ ਨੂੰ ģੇਰਨਾ ਚਾਹੁੰਦੇ ਨੇ ਜਾਂ ਉਹਦੇ ਪਿੱਛੇ ਕੋਈ ਉਹਨਾਂ ਦੀ ਮਾੜੀ ਮਨਸ਼ਾ ਹੈ ਤਾਂ ਉਸ ਦੇ ਹੋਰ ਤਰੀਕੇ ਹੈ ਕਿਰੇ ਮੁੱਖ ਮੰਤਰੀ ਨੂੰ ਆਪਣੀ ਅਹੁਦੇ ਤੇ ਬੈਠ ਕੇ ਗਵਰਨਰ ਦੇ ਨਾਲ ਇਸ ਤਰੀਕੇ ਦੀ ਗੱਲਾਂ ਬਾਤਾਂ ਉੱਤੇ ਖਹਿੜਣ ਦੀ ਬਹਿਸਨ ਦੀ ਲੋੜ ਨਹੀਂ ਜਿੱਥੇ ਕਿ ਉਹਨਾਂ ਦੇ ਵਿੱਚ ਬਹੁਤ ਅਜਿਹੇ ਪੁਆਇੰਟ ਨੇ ਜੋ ਕਿ ਗਵਰਨਰ ਦੇ ਆਪਣੇ ਪੁਆਇੰਟ ਨਹੀਂ ਨੇ ਗਵਰਨਰ ਵੀ ਇਹ ਚੀਜ਼ਾਂ ਪਬਲਿਕ ਜੋ ਮੀਡੀਆ ਤੋਂ ਲਹਿ ਰਹੇ ਨੇ ਸੋ ਜਿਹੜੀ ਗੱਲਬਾਤ ਪਬਲਿਕ ਦੇ ਵਿੱਚੋਂ ਉੱਠ ਕੇ ਜਾ ਰਹੀ ਹੈ ਕ੍ਰਿਟਿਕਸ ਵੱਲੋਂ ਉੱਠ ਕੇ ਜਾ ਰਹੀ ਹੈ ਤੇ ਗੱਲਾਂ ਬਾਤਾਂ ਦੇ ਵਿੱਚ ਦਮ ਹੈ ਵਜ਼ਨ ਹੈ ਉਹਨਾਂ ਗੱਲਾਂ ਬਾਤਾਂ ਨੂੰ ਐਡਮਿਟ ਕਰਨ ਦੇ ਵਿੱਚ ਤੇ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਭਗਵੰਤ ਮਾਨ ਨੂੰ ਇਤਰਾਜ਼ ਕਿਉਂ ਹੈ ਇਸ ਤਰੀਕੇ ਦੀ ਜਿਹੜੀ ਜਿਹੜੀ ਹੈਂਕੜਬਾਜੀ ਹੈ ਜਾਂ ਜਿਹੜੀ ਈਗੋ ਹੈ ਇਸ ਨੂੰ ਲੈ ਕੇ ਇਹ ਸਰਕਾਰ ਜਿਸ ਨੂੰ ਕੀ ਅਜੇ 1 ਸਾਲ ਦਾ ਤਜਰਬਾ ਵੀ ਨਹੀਂ ਹੋਇਆ ਹੈ ਉਹ ਕਿਉਂ ਅੱਗੇ ਵਧਣਾ ਚਾਹੀਏ ਇਹ ਚੀਜ਼ ਆਪਣੇ ਆਪ ਵਿੱਚ ਸਮਝ ਤੋਂ ਪਰੇ ਹੈ ਸੋ ਜਿਸ ਤਰੀਕੇ ਦਾ ਇੱਕ ਮਾਲਾ ਇੱਕ ਕਨਫਰੋਂਟੇਸ਼ਨਿਸਟ ਜਿਹੜਾ ਵਤੀਰਾ ਜਾਂ ਇੱਕ ਇੱਕ ਕਲਚਰ ਦਿੱਲੀ ਦੇ ਵਿੱਚ ਡਿਵੈਲਪ ਹੋਇਆ ਸੋ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਇਸ ਸਰਹੱਦੀ ਸੂਬੇ ਦੇ ਵਿੱਚ ਕੀ ਉਸੇ ਟਕਰਾਅ ਭਰੇ ਮਾਹੌਲ ਨੂੰ ਉਸੇ ਟਕਰਾਅ ਭਰੇ ਕੰਮ ਕਰਨ ਦੇ ਅੰਦਾਜ਼ ਨੂੰ ਬਦੋ-ਬਦੀ ਲਾਗੂ ਕਰਨਾ ਚਾਹੀਏ ਜਦੋਂ ਕਿਸ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਰਾਜਪਾਲ ਵੱਲੋਂ ਪ੍ਰੋਵੋਕੇਸ਼ਨ ਕਿਸੇ ਕਿਸਮ ਦੀ ਵੀ ਆਈ ਹੋਵੇ ਲੇਕਿਨ ਇਹ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਟੈਸਟ ਉਹਨਾਂ ਦਾ ਹੈ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਹਨਾਂ ਨੇ ਉਤਰਨਾ ਹੈ ਗਵਰਨਰ ਨੇ ਨਹੀਂ ਚੋਣਾਂ ਦਾ ਜਾਂ ਇਲੈਕਸ਼ਨਸ ਦਾ ਸਾਹਮਣਾ ਕਰਨਾ ਸੋ ਜਿਹੜੀਆਂ ਚੀਜ਼ਾਂ ਪਬਲਿਕ ਦੇ ਵਿੱਚ ਮੀਡੀਆ ਦੇ ਵਿੱਚ ਕ੍ਰਿਟੀਕਲ ਮੀਡੀਆ ਦੀ ਮੈਂ ਗੱਲ ਕਰ ਰਿਹਾ ਇਹਨਾਂ ਵੱਲੋਂ ਖਰੀਦੇ ਹੋਏ ਉਸ ਵਿਕਾਊ ਮੀਡੀਆ ਦੀ ਮੈਂ ਗੱਲ ਨਹੀਂ ਕਰ ਰਿਹਾ ਜਿਹੜੇ ਕਿ ਇਸ਼ਤਿਹਾਰਾਂ ਦੇ ਚੱਕਰਾਂ ਦੇ ਵਿੱਚ ਇਹਨਾਂ ਦੇ ਪੱਖ ਦੀਆਂ ਪੂਰੇ-ਪੂਰੇ ਪੇਜ ਦੀਆਂ ਐਡਵਰਟੋਰੀਅਲ ਛਾਪਦੇ ਨੇ ਫਿਰ ਉਹਨਾਂ ਹੀ ਐਡਵਰਟੋਰੀਅਲਸ ਨੂੰ ਅਰਵਿੰਦ ਕੇਜਰੀਵਾਲ ਵਰਗੇ ਪੂਰੀ ਦੇਸ਼ ਭਰ ਦੇ ਵਿੱਚ ਪ੍ਰਚਾਰ ਕਰਨ ਲਈ ਇਸਤੇਮਾਲ ਕਰਦੇ ਨੇ ਕਿਉਂਕਿ ਸਿਰਫ ਖਬਰਾਂ ਬਣਾਉਣ ਲਈ ਮਤਲਬ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਲਈ ਪਹਿਲਾਂ ਤਾਂ ਅਖਬਾਰਾਂ ਵਿੱਚੋਂ ਖਬਰਾਂ ਛਪਾਈਆਂ ਜਾਂਦੀਆਂ ਨੇ ਫਿਰ ਉਹਨਾਂ ਅਖਬਾਰਾਂ ਨੂੰ ਆਧਾਰ ਬਣਾ ਕੇ ਆਪਣੇ ਭਵਿੱਖ ਦਾ ਜਿਹੜਾ ਪ੍ਰਚਾਰ ਹੈ ਉਸ ਦੇ ਲਈ ਜਿਹੜੀ ਸਮਗਰੀ ਇਕੱਠੀ ਕੀਤੀ ਜਾ ਰਹੀ ਹੈ ਜੇ ਇਸੇ ਮਾਡਲ ਦੇ ਉੱਤੇ ਤੁਸੀਂ ਗਵਰਨੈਂਸ ਕਰਨੀ ਹੈ ਤੇ ਇਹੀ ਤੁਹਾਡੀ ਗਵਰਨਰਮੈਂਟ ਦਾ ਗਵਰਨੈਂਸ ਮਾਡਲ ਹੈ ਤਾਂ ਮੈਨੂੰ ਲੱਗਦਾ ਪੰਜਾਬ ਦਾ ਭਵਿੱਖ ਬੜਾ ਹਨੇਰ ਭਰਿਆ ਹੈ ਕਿਉਂਕਿ ਅਸਲ ਚੁਣੌਤੀਆਂ ਇਹਨਾਂ ਇਸ਼ਤਿਹਾਰਾਂ ਤੋਂ ਨਿਕਲ ਕੇ ਪਤਾ ਲੱਗਦੀਆਂ ਨੇ ਸੋ ਸਰਕਾਰ ਨੂੰ ਇਹਨਾਂ ਇਸ਼ਤਿਹਾਰਾਂ ਦੇ ਮਾਈਂਡਸੈਟ ਤੋਂ ਨਿਕਲਣ ਦੀ ਲੋੜ ਸੀ ਲੇਕਿਨ ਮੈਂ ਉਹੀ ਗੱਲ ਕੀਤੀ ਹੈ ਕਿ ਸਰਕਾਰ ਇਟਸ 올 अबाउट ਵਾਟ ਦੇ ਵਾਂਟ ਟੂ ਪ੍ਰੋਜੈਕਟ ਥੈਮਸੈਲਵ ਐਸ ਇਨ ਦਾ ਮੀਡੀਆ ਐਂਡ ਥਰੂ ਮੀਡੀਆ ਟੂ ਦਾ ਪਬਲਿਕ ਸੋ ਇਹ ਪ੍ਰੋਜੈਕਸ਼ਨ ਦੀ ਖੇਡ ਹੈ ਜਿਵੇਂ ਕਿ ਕਿਸੇ ਸ਼ਖਸ ਨੇ ਕਿਹਾ ਸੀ ਕਿ ਇੱਕ ਪਰਸੈਪਸ਼ਨ ਦਾ ਖੇਡ ਹੈ ਪੋਲਿਟਿਕਸ ਤੇ ਉਸ ਪਰਸਪੈਕਸ਼ਨ ਦੇ ਖੇਡ ਦੇ ਵਿੱਚ ਕੋਈ ਕਿੱਡਾ ਚੰਗਾ ਖੇਡਦਾ ਅਸਲ ਦੇ ਵਿੱਚ ਮਾਪਦਣ ਡਈਏ ਲੇਕਿਨ ਇਹ ਬਿਲਕੁਲ ਇੱਕ ਗਲਤ ਇੱਕ ਫਾਲਸ ਇੱਕ ਮੈਂ ਕਹਾਂਗਾ ਕਿ ਫਾਲਟੀ ਲੌਜੀਕ ਹੈ ਇਸ ਦੇ ਪਿੱਛੇ ਕੋਈ ਸੱਚ ਨਹੀਂ ਹੈ ਕੰਮ ਬਹੁਤ ਕੀਤਾ ਜਾਣ ਵਾਲਾ ਹੈ ਕੰਮ ਹੋ ਸਕਦਾ ਹੈ ਕੰਮ ਕਰਨ ਦੀ ਇੱਛਾ ਸ਼ਕਤੀ ਵੀ ਮੈਨੂੰ ਲੱਗਦਾ ਹੈ ਸਰਕਾਰ ਦੇ ਵਿੱਚ ਹੈ ਲੇਕਿਨ ਗੱਲ ਇਹ ਹੈ ਵੀ ਜਦੋਂ ਤੁਸੀਂ ਆਪਣੀਆਂ ਆਪਣੀਆਂ ਹਿਦਾਇਤਾਂ ਹੀ ਤੁਸੀਂ ਆਪਣੇ ਆਪ ਨੇ ਆਕਾਮਾਂ ਤੋਂ ਲੈ ਰਹੇ ਹੋ ਦਿੱਲੀ ਤੋਂ ਬੈਠ ਕੇ ਲੈ ਰਹੇ ਹੋ ਤੇ ਜਿਵੇਂ ਦੇ ਲੜਾਈ ਝਗੜਾ ਖੇਬਰਵਾਜੀ ਉਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਕੀਤੀ ਹੈ ਉਵੇਂ ਦੀ ਹੀ ਖੈਬਰਵਾਜੀ ਤੁਸੀਂ ਉਸ ਦੀ ਲੈਗੇਸੀ ਜਿਸ ਨੂੰ ਕਹਿੰਦੇ ਕਿ ਉਸ ਦਾ ਜਿਹੜੀ ਵਿਰਾਸਤ ਹੈਗੀ ਹੈ ਉਸ ਨੂੰ ਤੁਸੀਂ ਪੰਜਾਬ ਦੇ ਵਿੱਚ ਅੱਗੇ ਲਾਗੂ ਕਰਨਾ ਚਾ ਰਹੇ ਹੋ ਸੋ ਪੰਜਾਬ ਦੇ ਵਿੱਚ ਵੀ ਦਿੱਲੀ ਦੀ ਤਰਜ਼ ਉੱਤੇ ਹੀ ਤੁਸੀਂ ਕਨਫਰਨਟੇਸ਼ਨਿਸਟ ਗਵਰਨੈਂਸ ਦਾ ਉਹ ਮਾਡਲ ਲੈ ਕੇ ਆਉਣਾ ਚਾ ਰਹੇ ਹੋ ਜੋ ਕਿ ਸੂਬੇ ਦੇ ਹਿੱਤਾਂ ਵਿੱਚ ਨਹੀਂ ਹੈ ਇਹ ਬਹੁਤ ਅਨਫੋਰਚੂਨੇਟ ਹੈ ਸੋ ਇੱਥੇ ਮੈਨੂੰ ਲੱਗਦਾ ਹੈ ਕਿ ਗਵਰਨਰ ਤੋਂ ਤਾਂ ਇੱਕਾਸ ਐਕਸਪੈਕਟੇਸ਼ਨ ਬਣਦੀ ਹੀ ਹੈ ਥੋੜਾ ਜਾ ਹੋਰ ਡੀਸੈਂਟਲੀ ਤੇ ਮਚੂ ਤਰੀਕੇ ਨਾਲ ਬਿਹੇਵ ਕਰਨ ਲੇਕਿਨ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੋਂ ਇਹ ਆਸਾਂ ਹੈਗੀਆਂ ਨੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਾਂ ਨੂੰ ਨਾਮੋਸ਼ ਨਾ ਕਰੋ ਸੰਵਿਧਾਨਿਕ ਸੰਕਟਵਲ ਜਦੋਂ ਕਦਮ ਪੁੱਟਨੇ ਸ਼ੁਰੂ ਕਰ ਹੀ ਦਿੱਤੇ ਨੇ ਤੇ ਭਵਿੱਖ ਦੇ ਵਿੱਚ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਦੇ ਵਿੱਚ ਸਥਿਤੀ ਆ ਸਿੱਧੀ ਹੈ ਤੇ ਮੈਂ ਇੱਥੇ ਵੀ ਦੱਸਦਾ ਕਿ ਇੱਕ ਵਾਰਦਾਤ ਤੇ ਇੱਕ ਵੱਡੀ ਘਟਨਾ ਦਾ ਇੰਤਜ਼ਾਰ ਹੈ ਹੁਣ ਹੋਰ ਕੁਝ ਜ਼ਿਆਦਾ ਬਚਾ ਨਹੀਂ ਹੈ ਜਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਜਿਹਨੂੰ ਕਹਿੰਦੇ ਕਿ ਪਿਚ ਤਿਆਰ ਕੀਤੀ ਜਾ ਚੁੱਕੀ ਹੈ ਜੇ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਾਂ ਕੋਈ ਕੇਂਦਰ ਸਰਕਾਰ ਦਾ ਇੱਕ ਹੋਰ ਸੂਬੇ ਦੀ ਸਰਕਾਰ ਨੂੰ ਚੁਣੀ ਹੋਈ ਸਰਕਾਰ ਨੂੰ ਗੇਰਨ ਦਾ ਇਰਾਦਾ ਹੈ ਤਾਂ ਉਸ ਦੇ ਲਈ ਪਿਚ ਜਿਹੜੀ ਹੈ ਤਿਆਰ ਕੀਤੀ ਜਾ ਚੁੱਕੀ ਹੈ ਵਿਸਾਤ ਪੂਰੀ ਵਿਛ ਚੁੱਕੀ ਹੈ ਹੁਣ ਸਿਰਫ ਇੱਕ ਵੱਡੀ ਘਟਨਾ ਦੀ ਇੰਤਜ਼ਾਰ ਹੈ ਕੋਈ ਅਜਿਹੀ ਘਟਨਾ ਅਸੀਂ ਆਸ ਕਰਦੇ ਹਾਂ ਕਿ ਅਜਿਹੀ ਕੋਈ ਵੀ ਗੱਲਬਾਤ ਨਾ ਹੋਵੇ ਲੇਕਿਨ ਮੈਨੂੰ ਇਸ ਚੀਜ਼ ਦਾ ਖਤਸ਼ਾ ਹੈ ਕਿ ਇੱਕ ਵੱਡੀ ਘਟਨਾ ਹੋਈ ਤੇ ਪੰਜਾਬ ਦੇ ਵਿੱਚ ਉਹ ਸੰਵਿਧਾਨਿਕ ਸੰਕਟ ਦੀ ਗੱਲ ਕਰਕੇ ਜਿਸ ਦਾ ਆਧਾਰ ਖੁਦ ਗਵਰਨਰ ਆਪਣੀਆਂ ਚਿੱਠੀਆਂ ਦੇ ਵਿੱਚ ਦੇ ਚੁੱਕੇ ਨੇ ਪੰਜਾਬ ਸਰਕਾਰ ਨੂੰ ਪੰਗ ਵੀ ਕੀਤੇ ਜਾਣ ਦਾ ਪਲਾਨ ਹੋ ਸਕਦਾ ਹੈ ਤੇ ਇਹ ਸੰਭਵ ਵੀ ਹੋਏਗਾ ਸੋ ਵੀਲ ਹੈਵ ਟੂ ਸੀ ਕਿ ਇਹ ਸਥਿਤੀ ਕਦੋਂ ਆਉਂਦੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਸੀ ਕਿ ਕਦੋਂ ਭਵਿੱਖ ਦੇ ਵਿੱਚ ਜੇ ਖੁਦਾ ਨਾ ਖਾਸਤਾ ਜੇਹੀ ਨੌਬਤ ਆਵੇ ਤਾਂ ਆਪਾਂ ਇਸ ਵੀਡੀਓ ਨੂੰ ਜ਼ਰੂਰ ਕੋਟ ਕਰ ਸਕੀਏ ਤੇ ਇਹ ਖੱਛੇ ਜਤਾਏ ਵੀ ਜਾ ਰਹੇ ਨੇ ਤੇ ਇੱਥੇ ਜਾਂਦੇ ਜਾਂਦੇ ਇਸ ਵੀਡੀਓ ਦੇ ਵਿੱਚ ਅਕਾਲੀ ਦਲ ਵਰਗੀਆਂ ਪਾਰਟੀਆਂ ਨੂੰ ਇਸ ਚੀਜ਼ ਪੁੱਛਣੀ ਬਣਦੀ ਹੈ ਕਿ ਅੱਜ ਤੁਹਾਡੀ ਸੰਗੀ ਕਦਰਾਂ ਕੀਮਤਾਂ ਕਿੱਥੇ ਨੇ ਤੁਸੀਂ ਮੁੱਖ ਦਰਸ਼ਕ ਬਣ ਕੇ ਤमाशबीन ਬਣ ਕੇ ਪੰਜਾਬ ਦੇ ਸਟੇਟ ਦੇ ਸਰਕਾਰ ਦੇ ਮੁੱਖ ਮੰਤਰੀ ਦੇ حقਾਂ حقوقਾਂ ਉੱਤੇ گورنر ਦਾ ਕੇਂਦਰ ਸਰਕਾਰ ਦਾ ਦਖਲ ਦੇਖ ਰਹੇ ਹੋ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਪਿਛਲੇ 10 ਸਾਲਾਂ ਦਾ ਜਿਹੜਾ ਸ਼ਿਰੋਮਣੀ ਅਕਾਲੀ ਦਲ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲਾ ਅਕਾਲੀ ਦਲ ਉਸ ਦਾ ਤਾਂ ਇਤਿਹਾਸ ਹੀ ਰਿਹਾ ਹੈ ਕਿ ਆਪਣੀਆਂ ਕਹੀਆਂ ਤੇ ਆਪਣੀਆਂ ਕੀਤੀਆਂ ਗਈਆਂ ਗੱਲਾਂ ਬਾਤਾਂ ਉੱਤੇ ਇਹਨਾਂ ਕੋਲ ਅੱਜ ਜਵਾਬ ਦੇਣ ਨੂੰ ਨਹੀਂ ਹੈਗੇ ਨੇ ਸੋ ਇਹ ਵੀ ਇੱਕ ਅਜਿਹੀ ਲੜੀ ਦੇ ਵਿੱਚ ਇੱਕ ਹੋਰ ਘਟਨਾ ਹੈ ਜਿਸ ਵਿੱਚ ਕਿ گورنر ਦੇ ਇਸ ਦਖਲ ਦਾ ਕੋਈ ਵੀ ਡਟ ਕੇ ਮੁਕਾਬਲਾ ਕਰਨ ਨੂੰ ਤਿਆਰ ਨਹੀਂ ਹੈ ਤੇ ਵਿਰੋਧੀ ਪਾਰਟੀਆਂ ਤੇ ਸੰਗੀ ਕਦਰਾਂ ਕੀਮਤਾਂ ਆ ਲੜਨ ਵਾਲੀਆਂ ਮਰਨ ਵਾਲੀਆਂ ਪਾਰਟੀਆਂ ਜਮਾਤਾਂ ਕਹਿਣ ਵਾਲੀਆਂ ਪਾਰਟੀਆਂ ਵੀ ਅੱਜ ਤਮਾਸ਼ੀਬੀਨ ਪਾਰਟੀਆਂ ਸਾਬਤ ਹੋ ਰਹੀਆਂ ਨੇ ਸੋ ਅੱਜ ਦੀ ਗੱਲਬਾਤ ਨੂੰ ਮੈਂ ਇੱਥੇ ਰੋਕਾਂਗਾ ਕੁਝ ਵਿਚਾਰ ਸਨਮਣ ਦੇ ਤੁਸੀਂ ਵੀ ਆਪਣੀ ਫੀਡਬੈਕ ਦਿਓ ਤੁਹਾਡਾ ਕੀ ਸਮਝਣਾ ਹੈ ਤੁਹਾਡੇ ਕੋਈ ਓਪੀਨੀਅਨਸ ਨੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਛੇਤੀ ਹੀ ਕੁਝ ਹੋਰ ਬਹੁਤ بڑے ਮਹੱਤਵਪੂਰਨ ਵੀਡੀਓਸ ਤੇ ਖੁਲਾਸੇ ਹੈਗੇ ਨੇ ਜੋ ਕਿ ਕਰਾਂਗੇ ਸੋ ਸਟੇ ਟਿਊਨ ਰਿਤੇਸ਼ ਲਖਿਆਨ ਪਲਗ ਦ ਵੈਕਨਲੀ ਬਹੁਤ-ਬਹੁਤ ਧੰਨਵਾਦ